ਜਿਹੜਾ ਗੁਰਪੁਰਬ ਹੈ ਜੀ ਉਹਦੇ ਸੰਬੰਧ ਵਿੱਚ ਸਾਡੇ ਮਹਿਕਮੇ ਵਾਲਿਆਂ ਨੇ ਅਭਿਆਲਾ ਕੀਤਾ ਕਿ ਕੋਈ ਇੱਥੇ ਕੋਈ ਚੰਗਾ ਕੰਮ ਕੀਤਾ ਜਾਵੇ ਦੁਨੀਆ ਖੁਸ਼ ਹੋ ਉਹ ਲੰਗਰ ਲੱਗਾ ਵਾ ਸਾਡੇ ਪੁਲਿਸ ਨੂੰ ਲੋਕ ਮਾੜਾ ਕਹਿੰਦੇ ਆ ਪਰ ਇਹ ਵੀ ਕਹਿ ਰਹੇ ਵੀ ਠੀਕ ਆ ਪੁਲਿਸ ਜੇ ਚੰਗੇ ਵੀ ਕੰਮ ਕਰਦੀ ਹੈ ਸਾਰੀ ਪੁਲਿਸ ਮਾੜੀ ਨਹੀਂ ਬਹੁਤ ਮਤੇ ਦੋ ਚਾਰ ਬੰਦੇ ਹੋਣ ਗਏ ਉਹਦੇ ਨਾਲ ਅਸੀਂ ਬਾਕੀ ਨੂੰ ਬੁਲਾਵ ਬਟ ਇਹੋ ਜਿਹੇ ਕਰਮ ਕਰਕੇ ਲੰਗਰ ਲਾ ਕੇ ਜਿਹੜਾ ਦੁਨੀਆ 'ਚ ਸਾਡਾ ਬਹੁਤ ਵਧੀਆ ਮੈਸੇਜ ਜਾਂਦਾ ਹੈ ਸਾਡੇ ਅਫਸਰ ਸਾਹਿਬਾਨ ਸਾਡੇ ਜਿੰਨੇ ਸਾਡੇ ਸੀਨੀਅਰ ਅਫਸਰ ਹੈ ਇਸ ਗੱਲ ਤੇ ਬੜੇ ਖੁਸ਼ ਹੋ ਰਹੇ ਕਿ ਇਹਨਾਂ ਨੇ ਵਧੀਆ ਪਹਿਲ ਲੱਗਦਾ ਕਿ ਉਹ ਵਾਲਾ ਸਮੇਂ ਵਿੱਚ ਹੋਰ ਵੀ ਜਿਹੜੇ ਪੁਲਿਸ ਵਾਲੇ ਨੇ ਉਹ ਇਸ ਤਰ੍ਹਾਂ ਦੇ ਕੰਮ ਕਰਨਗੇ ਕਿਉਂਕਿ ਤੁਹਾਡੇ ਵੱਲੋਂ ਅੱਜ ਸ਼ੁਰੂਆਤ ਕਰ ਦਿੱਤੀ ਗਈ ਆ ਦੇਖੋ ਜੀ ਇਹ ਸ਼ੁਰੂਆਤ ਤੋਂ ਮਾਰੇ ਬਾਬਾ ਜੀ ਨੇ ਆਪ ਕਰਾਈ ਹੈ ਜੀ ਜਦੋਂ ਬਾਬਾ ਜੀ ਦਾ ਕਿਸੇ ਦਾ ਵੀ ਜਨਮ ਦਿਨ ਜਾਂ ਹੋਇਆ ਕਰੂਗਾ ਉਦੋਂ ਸਾਡੀ ਪੁਲਿਸ ਤੇ ਅਸੀਂ ਵੀ ਉਪਰਾਲਾ ਕਰਕੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਆਪਣੇ ਕੋਲ ਨਹੀਂ ਸਾਰੇ ਲੋਕਾਂ ਦੇ ਸਹਿਯੋਗ ਮਾਇਆ ਉਹਨਾਂ ਪਾਇਆ ਕੀਤਾ ਵਾ ਜੀ ਇਸ ਕਰਕੇ ਸੱਚੇ ਪਾਤਸ਼ਾਹ ਜਿੱਥੇ ਜਿੱਥੇ ਵੀ ਇਹ ਦੌਰ ਆਇਆ ਵਾ ਉਹਨਾਂ ਦਾ ਮਾਰੇ ਕਿਰਪਾ ਕਰੇ ਨਾ ਹਾਂਜੀ ਬਹੁਤ ਵਧੀਆ ਧੰਨਵਾਦ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਹਾਂਜੀ लंगर करी किसी जगह देखा नहीं इस तरह लंगर नहीं देखा दुध बदमा पूरा फिर बोल पाया बनिया है हां जी तो वधिया काम किया यार पंजाब पुलिस वधिया पंजाब पुलिस ने वधिया किया बहुत खुशी हो रही है बाबा गुरु नानक देव जी के गुरपुरब की सेवा करके बहुत खुशी मिल रही मन जी का गुरपुरब है जी उसके संबंध में साडे महकमे वाले ने अभियान किया सारी पुलिस माड़ी नहीं बहुत मतलब दो चार बंदे हो गए बाकी बुला बट एहे कर्म करके लंगर ला के जरा दुनिया च सगा बहुत वधिया मैसेज जाता है साडे अफसर साहिबान साडे जिन्ने साडे सीनियर अफसर है इस गल ते बड़े खुश हो रहे कि इन्होंने वधिया पहल ਲੱਗਦਾ ਕਿ ਉਹ ਵਾਲੇ ਸਮੇਂ ਵਿੱਚ ਹੋਰ ਵੀ ਜਿਹੜੇ ਪੁਲਿਸ ਵਾਲੇ ਨੇ ਉਹ ਇਸ ਤਰ੍ਹਾਂ ਦੇ ਕੰਮ ਕਰਨਗੇ ਕਿਉਂਕਿ ਤੁਹਾਡੇ ਵੱਲੋਂ ਅੱਜ ਸ਼ੁਰੂਆਤ ਕਰ ਦਿੱਤੀ ਗਈ ਆ ਦੇਖੋ ਜੀ ਇਹ ਸ਼ੁਰੂਆਤ ਤੋਂ ਮਾਰੇ ਬਾਬਾ ਜੀ ਨੇ ਆਪ ਕਰਾਈ ਹੈ ਜੀ ਜਦੋਂ ਬਾਬਾ ਜੀ ਦਾ ਕਿਸੇ ਦਾ ਵੀ ਜਨਮ ਦਿਨ ਜਾਂ ਹੋਇਆ ਕਰੂਗਾ ਉਦੋਂ ਸਾਡੀ ਪੁਲਿਸ ਤੇ ਅਸੀਂ ਵੀ ਉਪਰਾਲਾ ਕਰਕੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਆਪਣੇ ਕੋਲ ਨਹੀਂ ਸਾਰੇ ਲੋਕਾਂ ਦੇ ਸਹਿਯੋਗ ਮਾਇਆ ਉਹਨਾਂ ਪਾਇਆ ਕੀਤਾ ਵਾ ਜੀ ਇਸ ਕਰਕੇ ਸੱਚੇ ਪਾਤਸ਼ਾਹ ਜਿੱਥੇ ਜਿੱਥੇ ਵੀ ਇਹ ਦੌਰ ਆਇਆ ਵਾ ਉਹਨਾਂ ਦਾ ਮਾਰੇ ਕਿਰਪਾ ਕਰੇ ਨਾ ਹਾਂਜੀ ਬਹੁਤ ਵਧੀਆ ਧੰਨਵਾਦ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਹਾਂਜੀ ਮੁਲਾਜ਼ਮਾਂ ਨੇ ਲੰਗਰ ਲਾਇਆ ਸੇਵਾ ਦਿਨ ਦੇ ਗੁਰਪੁਰਬ ਹੈਗਾ ਬਹੁਤ ਵਧੀਆ ਕੀ ਪਹਿਲਾਂ ਇਸ ਤਰ੍ਹਾਂ ਦਾ ਲੰਗਰ ਕਰੀ ਕਿਸੇ ਜਗ੍ਹਾ ਤੇ ਦੇਖਿਆ ਨਹੀਂ ਇਸ ਤਰ੍ਹਾਂ ਦਾ ਲੰਗਰ ਨਹੀਂ ਦੇਖਿਆ ਦੁੱਧ ਬਦਾਮਾ ਵਾਲਾ ਪੂਰਾ ਫਿਰ ਬੋਲ ਪਾਇਆ ਦਾ ਵੀ ਬਣਿਆ ਹੈ ਹਾਂਜੀ ਤਾਂ ਵਧੀਆ ਕੰਮ ਕੀਤਾ ਯਾਰ ਪੰਜਾਬ ਪੁਲਿਸ ਵਧੀਆ ਪੰਜਾਬ ਪੁਲਿਸ ਨੇ ਹੋਇਆ ਕੀਤਾ ਤੁਸੀਂ ਵੀ ਸਾਡੇ ਨਾਲ ਬਿਸਕੁਟਾਂ ਦਾ ਲੰਗਰ ਲਾਇਆ ਗਿਆ ਬਿਸਕੁਟ ਦੇ ਪਿਆਰੇ ਸੰਗਤ ਨੂੰ ਬਾਬਾ ਨਾਨਕ ਜੀ ਦੇ ਬਿਸਕੁਟ ਦਾ ਕਰਕੇ ਤਾਂ ਕਿੰਨੀ ਖੁਸ਼ੀ ਹੋ ਰਹੀ ਹੈ ਕਿਉਂਕਿ ਸੰਗਤ ਵੀ ਕਹਿ ਰਹੀ ਹੈ ਪਹਿਲੀ ਵਾਰੀ ਪੰਜਾਬ ਪੁਲਿਸ ਵੱਲੋਂ ਲੰਗਰ ਲਗਾਇਆ ਗਿਆ ਅੰਮ੍ਰਿਤਸਰ ਦੇ ਵਿੱਚ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਬਾਬਾ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਸੇਵਾ ਕਰਕੇ ਬਹੁਤ ਖੁਸ਼ੀ ਮਿਲ ਰਹੀ ਮਨ ਨੂੰ।